ਕੋਰੋਨਾ ਵਾਇਰਸ ਨਾਲ ਪਿੰਡ ਪਠਲਾਵਾ ਵਿਖੇ ਗਿਆਨੀ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੇ ਸੁਪੁੱਤਰਾਂ ਦੇ ਸੈਂਪਲ ਪੋਜ਼ਿਟਿਵ ਪਾਏ ਗਏ ਸਨ। ਬਲਦੇਵ ਸਿੰਘ ਦੇ ਸੁਪੁੱਤਰ ਫਤਿਹ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਉਹਨਾਂ ਦਾ ਸੈਂਪਲ ਪਹਿਲਾਂ ਪੋਜ਼ਿਟਿਵ ਆਇਆ ਸੀ, ਹੁਣ ਦੂਜੀ ਵਾਰ ਉਹਨਾਂ ਦਾ ਸੈਂਪਲ ਨੈਗੇਟਿਵ ਆਇਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ, ਸਗੋਂ ਹੌਸਲਾ ਰੱਖਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਜੇਕਰ ਘਰੋਂ ਬਾਹਰ ਜਾਣਾ ਤਾਂ ਮਾਸਕ ਪਾ ਕੇ ਜਾਣ ਅਤੇ ਲੋਕਾਂ ਤੋਂ ਦੂਰੀ ਬਣਾਈ ਰੱਖੀ ਜਾਵੇ। ਮੇਰਾ ਨਾਮ ਫਤਿਹ ਸਿੰਘ ਜੀ, ਮੈਂ ਪਿੰਡ ਪਠਲਾਵੇ ਤੋਂ ਜੀ। ਸਾਡੇ ਸਾਰੇ ਪਰਿਵਾਰ ਦੇ ਉੱਥੇ ਟੈਸਟ ਹੋਏ ਸੀ ਜੀ। ਟੈਸਟ ਹੋਣ ਤੋਂ ਬਾਅਦ ਅਸੀਂ 19 ਤਰੀਕ ਨੂੰ ਸ਼ਾਮ ਨੂੰ ਸਾਨੂੰ ਇੱਥੇ ਲਿਆਂਦਾ ਗਿਆ ਜੀ। ਅਸੀਂ ਆਏ ਇੱਥੇ, ਸਾਡੀ ਬਹੁਤ ਵਧੀਆ ਕੇਅਰ ਹੋਈ ਹੈ ਜੀ। ਸਭ ਸਟਾਫ ਬਹੁਤ ਚੰਗਾ ਹੈ, ਡਾਕਟਰ ਸਾਹਿਬ ਵੀ ਬਹੁਤ ਚੰਗੇ ਆ ਜੀ। ਇਹ ਬਿਮਾਰੀ ਜੇ ਕਿਸੇ ਨੂੰ ਹੁੰਦੀ ਹੈ ਤਾਂ ਉਹਦਾ ਇਲਾਜ ਕਰਾਉਣਾ ਚਾਹੀਦਾ, ਉਹ ਤੋਂ ਡਰਨਾ ਨਹੀਂ ਚਾਹੀਦਾ ਜੀ। ਅਤੇ ਵਧੀਆ ਤਰੀਕੇ ਨਾਲ ਇਲਾਜ ਇਹਦਾ ਹੋ ਜਾਂਦਾ। ਆਪਣੇ ਹੌਸਲੇ ਨਾਲ, ਮਤਲਬ ਆਪਣੇ ਅੰਦਰੋਂ ਅੰਦਰ ਸਟਰੋਂਗ ਰੱਖੋ, ਹਾਂਜੀ, ਸਭ ਇਲਾਜ ਵਧੀਆ ਹੋ ਜਾਂਦਾ ਜੀ ਇਹਦਾ। ਅਤੇ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ, ਹਾਂਜੀ। ਇਹੀ ਸੰਦੇਸ਼ ਆ ਮੇਰਾ। ਅਤੇ ਮੇਰਾ 2 ਵਾਰੀ ਟੈਸਟ ਹੋਇਆ, ਹੁਣ ਮੈਂ ਨੈਗੇਟਿਵ ਆਇਆ ਹਾਂ ਜੀ। ਅਤੇ ਬਾਕੀ ਮੇਰਾ ਪਰਿਵਾਰ ਵੀ ਠੀਕ ਆ ਜੀ, ਹੌਲੀ ਹੌਲੀ ਉਹਨਾਂ ਨੂੰ ਵੀ ਆਏ ਨਾ ਬਾਹਰ, ਹਾਂਜੀ। ਬਸ ਇੰਨਾ ਸੰਦੇਸ਼ ਹੈ ਲੋਕਾਂ ਲਈ। ਮੇਰਾ ਇਹ ਸੰਦੇਸ਼ ਆ ਕਿ ਜੇ ਤੁਸੀਂ ਬਾਹਰ ਨਿਕਲਣਾ ਤਾਂ ਮਾਸਕ ਲਗਾ ਕੇ ਰੱਖੋ ਮੂੰਹ 'ਤੇ, ਹੱਥ ਧੋ ਕੇ ਖਾਣਾ ਖਾਓ ਆਪਣਾ, ਅਤੇ ਰਸ਼ ਦੇ ਵਿੱਚ ਬਹੁਤਾ ਨਾ ਜਾਓ, ਹਾਂਜੀ। ਫਿਲਹਾਲ ਹਲੇ ਨਾ ਜਾਓ ਕਿਉਂਕਿ ਇਸ ਬਿਮਾਰੀ ਦਾ ਬਹੁਤਾ ਰਿਜਾ ਉੱਪਰੋਂ ਕੋਈ ਇੰਨਾ ਇਲਾਜ ਵਧੀਆ ਨਹੀਂ, ਮਤਲਬ ਆਈ ਦਵਾਈ ਬਣ ਕੇ, ਹਾਂਜੀ। ਅਤੇ ਇਹਦੇ ਆਪਣੇ ਅੰਦਰ ਹੀ, ਸਰੀਰ ਦੇ ਅੰਦਰ ਹੀ ਦਵਾਈ, ਹਾਂਜੀ। ਆਪਣੇ ਆਪ ਹੀ ਠੀਕ ਹੁੰਦਾ ਬੰਦਾ, ਬਹੁਤ ਵਧੀਆ ਮਤਲਬ ਤਰੀਕੇ ਨਾਲ ਹੋ ਜਾਂਦਾ ਜੇ ਆਪਣਾ ਸਫਾਈ ਸਫੂਈ ਰੱਖੋ ਆਪਣੇ ਖਾਣ ਪੀਣ ਦੀ, ਅਤੇ ਤੁਸੀਂ ਠੀਕ ਹੋ ਸਕਦੇ ਹੋ। ਬਸ ਇਹੀ ਸੁਣੀ।